ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤਾਜ਼ਾ ਮੰਡੀ ਭਾਅ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ। ਹਾਜ਼ਰ ਹੋਏ ਹਾਂ ਮੰਡੀਆਂ ਦੇ ਨਵੇਂ ਰੇਟ ਲੈ ਕੇ। ਉਹ ਕਣਕ ਦੀ ਬਿਜਾਈ ਚੱਲ ਰਹੀ ਹੈ, ਟਾਈਮ ਦੀ ਘਾਟ ਹੋਣ ਕਰਕੇ ਰਾਤ ਵੀਡੀਓ ਨਹੀਂ ਪਾ ਸਕੇ। ਸੋ ਅੱਜ ਹਾਜ਼ਰ ਹੋਏ ਹਾਂ ਮੰਡੀਆਂ ਦੇ ਰੇਟ ਲੈ ਕੇ। 11 ਨਵੰਬਰ ਦੇ ਰੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਬਾਸਮਤੀ ਦੇ ਰੇਟਾਂ ਵਿੱਚ ਚੰਗੀ ਤੇਜ਼ੀ ਬਣੀ ਹੋਈ ਹੈ। 11 21 ਤੋਂ ਬਾਅਦ 17 18 ਅਤੇ ਮੁੱਛਲ ਦੇ ਰੇਟਾਂ ਵਿੱਚ ਵੀ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। 17-18 ਦੇ ਰੇਟ ਵੀ 4000 ਦੇ ਕਰੀਬ ਪਹੁੰਚ ਚੁੱਕੇ ਹੈ। ਇਸ ਤੋਂ ਇਲਾਵਾ ਨਰਮਾ ਅਤੇ ਕਪਾਹ ਦੇ ਰੇਟਾਂ ਵਿੱਚ ਵੀ ਜਿਹੜੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਰਮੇ ਦੇ ਰੇਟ ਜਿਹੜੇ ਫਿਰ 9200 ਰੁਪਏ ਦਾ ਅੰਕੜਾ ਪਾਰ ਕਰ ਚੁੱਕੇ ਹੈ। ਸੋ ਆਓ ਦੇਖਦੇ ਹਾਂ ਕੀ ਰੇਟ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ, ਕਪਾਹ ਅਤੇ ਬਾਸਮਤੀ ਦੇ ਚੱਲ ਰਹੇ ਹੈ। ਜਿਹੜੇ ਦੋਸਤ ਪਹਿਲੀ ਵਾਰ ਚੈਨਲ 'ਤੇ ਆਏ ਆ, ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ। ਅਗਰ ਇਹ ਵੀਡੀਓ ਫੇਸਬੁੱਕ 'ਤੇ ਵੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਿਓ, ਤਾਂ ਕਿ ਤੁਹਾਨੂੰ ਹਰ ਰੋਜ਼ ਮੰਡੀਆਂ ਦੇ ਨਵੇਂ ਰੇਟਾਂ ਦੇ ਬਾਰੇ ਜਾਣਕਾਰੀ ਮਿਲਦੀ ਰਹੇ। ਸ਼ੁਰੂਆਤ ਕਰਦੇ ਹਾਂ ਤਰਨ ਤਾਰਨ ਮੰਡੀ ਤੋਂ। ਇੱਥੇ ਅੱਜ ਬਾਸਮਤੀ 11 21 3600 ਰੁਪਏ ਤੋਂ ਲੈ ਕੇ 4400 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3776 ਰੁਪਏ ਤੋਂ ਲੈ ਕੇ 3915 ਰੁਪਏ ਕੁਇੰਟਲ ਰਿਹਾ। ਲਗਭਗ 4000 ਰੁਪਏ ਦੇ ਕਰੀਬ ਇੱਥੇ ਅੱਜ ਬਾਸਮਤੀ 17-18 ਦੇ ਰੇਟ ਪਹੁੰਚ ਚੁੱਕੇ ਹੈ। 1509 3390 ਰੁਪਏ ਕੁਇੰਟਲ ਵਿਕਿਆ, ਅਤੇ PB7 ਦਾ ਰੇਟ 3680 ਰੁਪਏ ਕੁਇੰਟਲ ਰਿਹਾ। ਪੰਜਾਬ ਦੀ ਮਲੋਟ ਮੰਡੀ ਦੇ ਵਿੱਚ ਬਾਸਮਤੀ 11 21 3200 ਰੁਪਏ ਤੋਂ ਲੈ ਕੇ 4000 ਰੁਪਏ ਕੁਇੰਟਲ ਵਿਕਿਆ, ਅਤੇ 1509 ਦਾ ਰੇਟ 2900 ਰੁਪਏ ਤੋਂ ਲੈ ਕੇ 3460 ਰੁਪਏ ਕੁਇੰਟਲ ਰਿਹਾ। ਮੁੱਛਲ 1401 3480 ਰੁਪਏ ਤੋਂ ਲੈ ਕੇ 3780 ਰੁਪਏ ਕੁਇੰਟਲ ਵਿਕਿਆ। ਫਤਿਹਗੜ੍ਹ ਚੂੜੀਆਂ ਮੰਡੀ ਦੇ ਵਿੱਚ ਬਾਸਮਤੀ 11 21 3650 ਰੁਪਏ ਤੋਂ ਲੈ ਕੇ 4380 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3640 ਰੁਪਏ ਤੋਂ ਲੈ ਕੇ 3890 ਰੁਪਏ ਕੁਇੰਟਲ ਰਿਹਾ। PB7 ਦਾ ਰੇਟ 3480 ਰੁਪਏ ਕੁਇੰਟਲ ਰਿਹਾ। ਬੇਰੀ ਮੰਡੀ ਦੇ ਵਿੱਚ ਬਾਸਮਤੀ 11 21 3700 ਰੁਪਏ ਤੋਂ ਲੈ ਕੇ 4250 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3400 ਰੁਪਏ ਤੋਂ ਲੈ ਕੇ 3850 ਰੁਪਏ ਕੁਇੰਟਲ ਰਿਹਾ। ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਬਾਸਮਤੀ 11 21 3700 ਰੁਪਏ ਤੋਂ ਲੈ ਕੇ 4356 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3700 ਰੁਪਏ ਤੋਂ ਲੈ ਕੇ 3888 ਰੁਪਏ ਕੁਇੰਟਲ ਰਿਹਾ। PB7 3900 ਰੁਪਏ ਤੋਂ ਲੈ ਕੇ 3475 ਰੁਪਏ ਕੁਇੰਟਲ ਵਿਕਿਆ। ਗਿੱਦੜਬਾਹਾ ਮੰਡੀ ਦੇ ਵਿੱਚ ਬਾਸਮਤੀ 11 21 3200 ਰੁਪਏ ਤੋਂ ਲੈ ਕੇ 3750 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3100 ਰੁਪਏ ਤੋਂ ਲੈ ਕੇ 3500 ਰੁਪਏ ਕੁਇੰਟਲ ਰਿਹਾ। ਮੁੱਛਲ 1401 3400 ਰੁਪਏ ਤੋਂ ਲੈ ਕੇ 3800 ਰੁਪਏ ਕੁਇੰਟਲ ਵਿਕਿਆ। 1509 ਦਾ ਰੇਟ 2950 ਰੁਪਏ ਤੋਂ ਲੈ ਕੇ 3400 ਰੁਪਏ ਕੁਇੰਟਲ ਰਿਹਾ, ਅਤੇ ਨਰਮੇ ਦਾ ਰੇਟ 7700 ਰੁਪਏ ਤੋਂ ਲੈ ਕੇ 8745 ਰੁਪਏ ਕੁਇੰਟਲ ਰਿਹਾ। ਸਫੀਦੋ ਮੰਡੀ ਦੇ ਵਿੱਚ ਬਾਸਮਤੀ 11 21 4300 ਰੁਪਏ ਕੁਇੰਟਲ ਵਿਕਿਆ, ਅਤੇ ਬਾਸਮਤੀ 17-18 ਦਾ ਰੇਟ 3821 ਰੁਪਏ ਕੁਇੰਟਲ ਰਿਹਾ। ਗੋਹਾਣਾ ਮੰਡੀ ਦੇ ਵਿੱਚ ਬਾਸਮਤੀ 11 21 3600 ਰੁਪਏ ਤੋਂ ਲੈ ਕੇ 4281 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3462 ਰੁਪਏ ਤੋਂ ਲੈ ਕੇ 3781 ਰੁਪਏ ਕੁਇੰਟਲ ਰਿਹਾ। 1509 2900 ਰੁਪਏ ਤੋਂ ਲੈ ਕੇ 3300 ਰੁਪਏ ਕੁਇੰਟਲ ਵਿਕਿਆ। ਕੋਟਕਪੂਰਾ ਮੰਡੀ ਦੇ ਵਿੱਚ ਬਾਸਮਤੀ 11 21 3490 ਰੁਪਏ ਤੋਂ ਲੈ ਕੇ 4025 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3400 ਰੁਪਏ ਤੋਂ ਲੈ ਕੇ 3625 ਰੁਪਏ ਕੁਇੰਟਲ ਰਿਹਾ। 1509 3000 ਰੁਪਏ ਤੋਂ ਲੈ ਕੇ 3450 ਰੁਪਏ ਕੁਇੰਟਲ ਵਿਕਿਆ। ਸਮਾਲਖਾ ਮੰਡੀ ਦੇ ਵਿੱਚ ਬਾਸਮਤੀ 11 21 3600 ਰੁਪਏ ਤੋਂ ਲੈ ਕੇ 4250 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3350 ਰੁਪਏ ਤੋਂ ਲੈ ਕੇ 3751 ਰੁਪਏ ਕੁਇੰਟਲ ਰਿਹਾ। ਕਨੌਰੀ ਮੰਡੀ ਦੇ ਵਿੱਚ ਬਾਸਮਤੀ 17-18 3420 ਰੁਪਏ ਤੋਂ ਲੈ ਕੇ 3535 ਰੁਪਏ ਕੁਇੰਟਲ ਵਿਕਿਆ, ਅਤੇ ਮੁੱਛਲ 1401 ਦਾ ਰੇਟ 3800 ਰੁਪਏ ਕੁਇੰਟਲ ਰਿਹਾ। ਜੁਲਾਣਾ ਮੰਡੀ ਦੇ ਵਿੱਚ ਬਾਸਮਤੀ 11 21 3500 ਰੁਪਏ ਤੋਂ ਲੈ ਕੇ 4200 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3200 ਰੁਪਏ ਤੋਂ ਲੈ ਕੇ 3771 ਰੁਪਏ ਕੁਇੰਟਲ ਰਿਹਾ। ਸੰਗਰੂਰ ਮੰਡੀ ਦੇ ਵਿੱਚ ਬਾਸਮਤੀ 11 21 3565 ਰੁਪਏ ਤੋਂ ਲੈ ਕੇ 4250 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3275 ਰੁਪਏ ਤੋਂ ਲੈ ਕੇ 3765 ਰੁਪਏ ਕੁਇੰਟਲ ਰਿਹਾ। 1509 3325 ਰੁਪਏ ਤੋਂ ਲੈ ਕੇ 3590 ਰੁਪਏ ਕੁਇੰਟਲ ਵਿਕਿਆ, ਅਤੇ ਮੁੱਛਲ 1401 ਦਾ ਰੇਟ 3355 ਰੁਪਏ ਤੋਂ ਲੈ ਕੇ 3960 ਰੁਪਏ ਕੁਇੰਟਲ ਰਿਹਾ। PB7 3245 ਰੁਪਏ ਤੋਂ ਲੈ ਕੇ 3645 ਰੁਪਏ ਕੁਇੰਟਲ ਵਿਕਿਆ, ਅਤੇ ਨਰਮੇ ਦਾ ਰੇਟ 8600 ਰੁਪਏ ਕੁਇੰਟਲ ਰਿਹਾ। ਬਰਵਾਲਾ ਮੰਡੀ ਦੇ ਵਿੱਚ ਬਾਸਮਤੀ 11 21 3500 ਰੁਪਏ ਤੋਂ ਲੈ ਕੇ 4211 ਰੁਪਏ ਕੁਇੰਟਲ ਵਿਕਿਆ,
ਅਤੇ 17-18 ਦਾ ਰੇਟ 3400 ਰੁਪਏ ਤੋਂ ਲੈ ਕੇ 3771 ਰੁਪਏ ਕੁਇੰਟਲ ਲਿਆ। ਨਰਮਾ 8831 ਰੁਪਏ ਕੁਇੰਟਲ ਵਿਕਿਆ। ਅੰਬਾਲਾ ਮੰਡੀ ਦੇ ਵਿੱਚ ਬਾਸਮਤੀ 1121 3450 ਰੁਪਏ ਤੋਂ ਲੈ ਕੇ 4270 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3200 ਰੁਪਏ ਤੋਂ ਲੈ ਕੇ 3550 ਰੁਪਏ ਕੁਇੰਟਲ ਰਿਹਾ। 30 ਨੰਬਰ ਬਾਸਮਤੀ 5400 ਰੁਪਏ ਕੁਇੰਟਲ ਵਿਕੀ। ਟਹਾਣਾ ਮੰਡੀ ਦੇ ਵਿੱਚ ਬਾਸਮਤੀ 1121 3600 ਰੁਪਏ ਤੋਂ ਲੈ ਕੇ 4080 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3425 ਰੁਪਏ ਤੋਂ ਲੈ ਕੇ 3450 ਰੁਪਏ ਕੁਇੰਟਲ ਰਿਹਾ। 1509 3500 ਰੁਪਏ ਕੁਇੰਟਲ ਵਿਕਿਆ ਅਤੇ ਮੁੱਛਲ 1401 ਦਾ ਰੇਟ 4915 ਰੁਪਏ ਕੁਇੰਟਲ ਲਿਆ। ਹਰਿਆਣੇ ਦੀ ਸਿਰਸਾ ਮੰਡੀ ਦੇ ਵਿੱਚ ਮੁੱਛਲ 1401 4939 ਰੁਪਏ ਕੁਇੰਟਲ ਵਿਕਿਆ ਅਤੇ PB1 ਦਾ ਰੇਟ 3715 ਰੁਪਏ ਕੁਇੰਟਲ ਲਿਆ। ਨਰਮਾ 8885 ਰੁਪਏ ਕੁਇੰਟਲ ਵਿਕਿਆ ਅਤੇ ਕਪਾਹ ਦਾ ਰੇਟ 9150 ਰੁਪਏ ਕੁਇੰਟਲ ਲਿਆ। ਫਤਿਹਾਬਾਦ ਮੰਡੀ ਦੇ ਵਿੱਚ ਬਾਸਮਤੀ 1121 4110 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3600 ਰੁਪਏ ਕੁਇੰਟਲ ਰਿਹਾ। 1509 3700 ਰੁਪਏ ਕੁਇੰਟਲ ਵਿਕਿਆ। ਨਰਮੇ ਦਾ ਰੇਟ 8841 ਰੁਪਏ ਕੁਇੰਟਲ ਰਿਹਾ ਅਤੇ ਕਪਾਹ 9000 ਰੁਪਏ ਕੁਇੰਟਲ ਵਿਕੀ। ਕੈਥਲ ਮੰਡੀ ਦੇ ਵਿੱਚ ਬਾਸਮਤੀ 1121 4215 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3850 ਰੁਪਏ ਕੁਇੰਟਲ ਰਿਹਾ। ਮੁੱਛਲ 1401 3825 ਰੁਪਏ ਕੁਇੰਟਲ ਵਿਕਿਆ। ਗਨੌਰ ਮੰਡੀ ਦੇ ਵਿੱਚ ਬਾਸਮਤੀ 1121 3500 ਰੁਪਏ ਤੋਂ ਲੈ ਕੇ 4200 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3300 ਰੁਪਏ ਤੋਂ ਲੈ ਕੇ 3781 ਰੁਪਏ ਕੁਇੰਟਲ ਰਿਹਾ। ਰੋਹਤਕ ਮੰਡੀ ਦੇ ਵਿੱਚ ਬਾਸਮਤੀ 1121 3500 ਰੁਪਏ ਤੋਂ ਲੈ ਕੇ 4881 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3200 ਰੁਪਏ ਤੋਂ ਲੈ ਕੇ 3781 ਰੁਪਏ ਕੁਇੰਟਲ ਰਿਹਾ। ਪਿਹੋਵਾ ਮੰਡੀ ਦੇ ਵਿੱਚ ਬਾਸਮਤੀ 1121 4100 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3836 ਰੁਪਏ ਕੁਇੰਟਲ ਰਿਹਾ। ਜਾਖਲ ਮੰਡੀ ਦੇ ਵਿੱਚ ਬਾਸਮਤੀ 1121 3930 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3851 ਰੁਪਏ ਕੁਇੰਟਲ ਰਿਹਾ। 1509 3722 ਰੁਪਏ ਕੁਇੰਟਲ ਵਿਕਿਆ ਅਤੇ ਮੁੱਛਲ 1401 ਦਾ ਰੇਟ 3981 ਰੁਪਏ ਕੁਇੰਟਲ ਰਿਹਾ। ਜੀਂਦ ਮੰਡੀ ਦੇ ਵਿੱਚ ਬਾਸਮਤੀ 1121 4200 ਰੁਪਏ ਕੁਇੰਟਲ ਵਿਕਿਆ ਅਤੇ ਮੁੱਛਲ 1401 ਦਾ ਰੇਟ 3750 ਰੁਪਏ ਕੁਇੰਟਲ ਰਿਹਾ। ਨਰਨੌਂਦ ਮੰਡੀ ਦੇ ਵਿੱਚ ਬਾਸਮਤੀ 1121 3550 ਰੁਪਏ ਤੋਂ ਲੈ ਕੇ 4211 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3250 ਰੁਪਏ ਤੋਂ ਲੈ ਕੇ 3781 ਰੁਪਏ ਕੁਇੰਟਲ ਰਿਹਾ। ਪਦਮਪੁਰ ਮੰਡੀ ਦੇ ਵਿੱਚ ਨਰਮਾ 9236 ਰੁਪਏ ਕੁਇੰਟਲ ਵਿਕਿਆ ਅਤੇ ਬੋਹਰ ਮੰਡੀ ਦੇ ਵਿੱਚ ਨਰਮੇ ਦਾ ਰੇਟ 9905 ਰੁਪਏ ਕੁਇੰਟਲ ਰਿਹਾ। ਕਪਾਹ 9490 ਰੁਪਏ ਕੁਇੰਟਲ ਵਿਕੀ। ਰਾਜਸਥਾਨ ਦੀ ਅਨੂਪਗੜ੍ਹ ਮੰਡੀ ਦੇ ਵਿੱਚ ਨਰਮਾ 9171 ਰੁਪਏ ਕੁਇੰਟਲ ਵਿਕਿਆ ਅਤੇ ਹਰਿਆਣੇ ਦੀ ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਰੇਟ 8873 ਰੁਪਏ ਕੁਇੰਟਲ ਰਿਹਾ। ਕਪਾਹ 9291 ਰੁਪਏ ਕੁਇੰਟਲ ਵਿਕੀ। ਆਦਮਪੁਰ ਮੰਡੀ ਦੇ ਵਿੱਚ ਨਰਮਾ 9937 ਰੁਪਏ ਕੁਇੰਟਲ ਵਿਕਿਆ ਅਤੇ ਰਾਜਸਥਾਨ ਦੀ ਸੰਗਰੀਆ ਮੰਡੀ ਦੇ ਵਿੱਚ ਨਰਮੇ ਦਾ ਰੇਟ 9986 ਰੁਪਏ ਕੁਇੰਟਲ ਰਿਹਾ। ਰਾਵਤਸਰ ਮੰਡੀ ਦੇ ਵਿੱਚ ਨਰਮਾ 9025 ਰੁਪਏ ਕੁਇੰਟਲ ਵਿਕਿਆ ਅਤੇ ਰਾਜਸਥਾਨ ਦੀ ਹਨੂੰਮਾਨਗੜ੍ਹ ਮੰਡੀ ਦੇ ਵਿੱਚ ਨਰਮੇ ਦਾ ਰੇਟ 9000 ਰੁਪਏ ਕੁਇੰਟਲ ਰਿਹਾ। ਕਪਾਹ 8800 ਰੁਪਏ ਕੁਇੰਟਲ ਵਿਕੀ। ਕਾਲਾਂ ਵਾਲਾ ਮੰਡੀ ਦੇ ਵਿੱਚ ਨਰਮਾ 8795 ਰੁਪਏ ਕੁਇੰਟਲ ਵਿਕਿਆ। ਸੋ ਕਿਸਾਨ ਵੀਰੋ, ਇਹ ਸੀ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ, ਕਪਾਹ ਅਤੇ ਬਾਸਮਤੀ ਦੇ ਨਵੇਂ ਰੇਟ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਫਿਰ ਹਾਜ਼ਰ ਹੋਵਾਂਗੇ ਮੰਡੀਆਂ ਦੇ ਰੇਟ ਲੈ ਕੇ। ਧੰਨਵਾਦ।